ਜਿਹਦੀ ਪੰਚਾਇਤ ਪੱਖਪਾਤ ਕਰਦੀ, ਵੱਖੋ ਵੱਖ ਬਣਦੇ ਜੀ ਗੁਰੂ ਘਰ ਨਾ, ਆਣ ਕੇ ਵਿਚਾਲੇ ਜੇ ਨਾ ਜਾਤ ਖੜਦੀ, ਕੋਠੀਆਂ ਚ ਕੰਧਾਂ ਮਰਵਾ ਦਿੰਦੀਆਂ, ਚੁਗਲੀ ਦੀ ਅੱਗ ਏਡੀ ਭੈੜੀ ਮੱਚਦੀ, ਉਸ ਜੱਟ ਦੀ ਫਸਲ ਕਦੇ ਝਾੜ ਦੇਵੇ ਨਾ, ਜਿਹਦੇ ਘਰ ਚ ਸੀਰੀ ਦੀ ਰੋਟੀ ਅੱਡ ਪੱਕਦੀ, ਉਸ ਜੱਟ ਦੀ ਫਸਲ ਕਦੇ ਝਾੜ ਦੇਵੇ ਨਾ, ਜਿਹਦੇ ਘਰ ਚ ਸੀਰੀ ਦੀ ਰੋਟੀ ਅੱਡ ਪੱਕਦੀ। ਬਹੁਤ ਸਾਰਾ ਮਾਣ ਸਨਮਾਨ ਕਰਕੇ ਗਏ ਬਾਈ ਹੁਣੀ, ਬਹੁਤ ਬਹੁਤ ਧੰਨਵਾਦ ਜੀ। ਸ਼ਮਸ਼ੇਰ ਭਾਣਾ ਬਾਈ ਜੀ ਬਹੁਤ ਸਾਰਾ ਮਾਣ ਕਰਕੇ ਗਏ ਆ, ਧੰਨਵਾਦ ਬਾਈ ਜੀ ਤੁਹਾਡਾ। ਮੇਰੇ ਤੋਂ ਬਾਅਦ ਇੱਕ ਜੋੜੀ ਨੇ ਵੀ ਹਜੇ ਲੱਗਣਾ ਹੈਗਾ, ਗੁਰਮੀਤ ਪੰਜਾਬੀ, ਹੁਸਨਪ੍ਰੀਤ, ਹੁਸਨਮੀਤ ਜੀ ਨੇ। ਉਹ ਜੋੜੀ ਪਿਛਲੀ ਵਾਰ ਵੀ ਆਈ ਸੀ, ਵਾਹਵਾ ਧਮਾਲ ਪਾ ਕੇ ਗਈ ਆ, ਇਸ ਵਾਰ ਵੀ ਧਮਾਲ ਪਾ ਕੇ ਜਾਊਗੀ। ਬਸ ਬੈਠੇ ਰਹੋ, ਗਰਮੀ ਨਹੀਂ ਮੰਨਣੀ ਆਪਾਂ, ਗਰਮੀ ਕੁਛ ਉਹ ਨਹੀਂ ਲੱਗਣ ਦਿੰਦੇ, ਕੁਛ ਆਪਾਂ ਲੱਗਣ ਹੀ ਨਹੀਂ ਦੇਣੀ ਗੀ। ਕਹਿੰਦੇ ਕਦੇ ਵੀ ਉਹ ਪਿੰਡ ਨਾ ਤਰੱਕੀ ਕਰਦੇ ਜਿਹਦੀ ਪੰਚਾਇਤ ਪੱਖਪਾਤ ਕਰਦੀ, ਵੱਖੋ ਵੱਖ ਬਣਦੇ ਜੀ ਗੁਰੂ ਘਰ ਨਾ, ਆਣ ਕੇ ਵਿਚਾਲੇ ਜੇ ਨਾ ਜਾਤ ਖੜਦੀ, ਕੋਠੀਆਂ ਚ ਕੰਧਾਂ ਮਰਵਾ ਦਿੰਦੀਆਂ, ਚੁਗਲੇ ਦੀ ਅੱਗ ਏਡੀ ਭੈੜੀ ਮੱਚਦੀ, ਉਸ ਜੱਟ ਦੀ ਫਸਲ ਕਦੇ ਝਾੜ ਦੇਵੇ ਨਾ, ਜਿਹਦੇ ਘਰ ਚ ਸੀਰੀ ਦੀ ਰੋਟੀ ਅੱਡ ਪੱਕਦੀ। ਕਦੇ ਵੀ ਉਹ ਪਿੰਡ ਨਾ ਤਰੱਕੀ ਕਰਦੇ ਜਿਹਦੀ ਪੰਚਾਇਤ ਪੱਖਪਾਤ ਕਰਦੀ, ਇਹ ਸਾਡਾ ਮੁੰਡਾ ਬਾਈ ਜਗਦੇਵ ਟਹਿਣਾ, ਪੂਰਾ 500 ਦਾ ਨਾਮ ਦੇ ਕੇ ਗਿਆ ਮੈਨੂੰ, ਸੋਹਣਾ ਗਾਉਣ ਲੱਗ ਗਈ ਮੈਂ, ਹਨਾ ਲੱਗ ਜੂਗੀ ਪਰ ਹੌਲੀ ਹੌਲੀ। ਕਦੇ ਵੀ ਉਹ ਪਿੰਡ ਨਾ ਤਰੱਕੀ ਕਰਦੇ ਜਿਹਦੀ ਪੰਚਾਇਤ ਪੱਖਪਾਤ ਕਰਦੀ, ਕਦੇ ਵੀ ਉਹ ਪਿੰਡ ਨਾ ਤਰੱਕੀ ਕਰਦੇ ਜਿਹਦੀ ਪੰਚਾਇਤ ਪੱਖਪਾਤ ਕਰਦੀ, ਵੱਖ ਵੱਖ ਬਣਦੇ ਜੀ ਗੁਰੂ ਘਰ ਨਾ, ਵੱਖ ਵੱਖ ਬਣਦੇ ਜੀ ਗੁਰੂ ਘਰ ਨਾ, ਆਣ ਕੇ ਵਿਚਾਲ ਜਿਨ ਜਾਤ ਖੜਦੀ। ਉਸ ਜੱਟ ਦੀ ਫਸਲ ਕਦੇ ਝਾੜ ਦੇਵੇ ਨਾ, ਜਿਹਦੇ ਘਰ ਚ ਸਿਰੀ ਦੀ ਰੋਟੀ ਅੱਡ ਪੱਕਦੀ, ਜੱਟ ਦੀ ਫਸਲ ਕਦੇ ਝਾੜ, ਜਿਹਦੇ ਘਰ ਚ ਸਿਰੀ ਦੀ ਰੋਟੀ ਅੱਡ, ਜੱਟ ਦੀ ਫਸਲ ਕਦੇ ਝਾੜ ਦੇਵੇ ਨਾ, ਜਿਹਦੇ ਘਰ ਚ ਸਿਰੀ ਦੀ ਰੋਟੀ ਅੱਡ ਪੱਕਦੀ। ਆ ਕਈ ਬੀਬੀਆਂ ਹੁੰਦੀਆਂ ਨਾ, ਜੇ ਕਿਤੇ 10 ਬੰਦੇ ਖੇਤ ਵੱਧ ਲੱਗ ਜਾਣਾ 10, ਤੇ ਇਹ ਕਹਿਣਗੀਆਂ ਵੱਡੀਆਂ ਵੱਡੀਆਂ ਲਾਹ ਦੇ, ਜਿੱਥੇ ਉਹਨਾਂ ਨੇ 6-6 ਖਾਣੀਆਂ ਉੱਥੇ 3-3 ਖਾ ਲਾਂਗੇ। ਨਹੀਂ ਭੈਣੇ ਤਾਂ ਖਾਂਦੇ ਵੀ 7-7 ਆ, ਅਤੇ ਤੂੰ ਵੱਡੀਆਂ ਵੱਡੀਆਂ ਲਾਹ ਦੇ, ਆਪਾਂ ਮਗਰੋਂ ਲਾ ਲਾਂਗੇ, ਕਰ ਜਾਂਦੀਆਂ ਨਾ ਬੀਬੀਆਂ ਨੂੰ ਬੜੀ ਆਦਤ ਹੁੰਦੀ ਹੈ ਨਾ ਬਾਬੂ, ਬਾਹਲੀ ਆਦਤ ਹੁੰਦੀ ਹੈ। ਕਈ ਵਾਰੀ ਆ ਚਾਹ ਪਾਣੀ ਵੀ ਬਣਾਉਣਗੀਆਂ, ਕਹਿਣਗੀਆਂ ਸੀਰੀਆਂ ਦੀ ਧਰ ਦਿਉ ਪਹਿਲਾਂ, ਉਹ ਤਾਂ ਉੱਥੇ 10 ਜਾਣੇ ਆ, ਉਹਨਾਂ ਨੂੰ ਕਿੱਥੇ ਦੁੱਧ ਇੰਨਾ ਪਿਆ ਕੇ ਦੇਵਾਂਗੇ। ਤੁਸੀਂ ਪਤਲੀ ਜੀ ਚਾਹ ਬਣਾਓ ਤਾਂ ਖੇਤ ਤਾਂ ਇਹੋ ਜਿਹੀ ਚੰਗੀ ਲੱਗਦੀ ਹੁੰਦੀ, ਆਪਾਂ ਬਾਅਦ 'ਚ ਬਣਾ ਲਾਂਗੇ। ਬਾਹਲਾ ਕਰ ਜਾਂਦੀਆਂ ਧੱਕਾ ਕਈ ਵਾਰੀ, ਕਰਦੀਆਂ ਬੁੜੀਆਂ ਹੀ ਆ, ਪਰ ਬੰਦੇ ਤਾਂ ਨਹੀਂ ਇੰਨਾ ਕਰਦੇ ਹੁੰਦੇ ਗੇ, ਪਰ ਬੁੜੀਆਂ ਦੀ ਆਦਤ ਹੁੰਦੀ ਹੈ ਵੀ ਛੇਤੀ ਕੰਮ ਨਹੀਂ ਬੜੂਗਾ, ਜਲਦੀ ਜਲਦੀ ਕਰੋ। ਉਸ ਜੱਟ ਦੀ ਫਸਲ ਕਦੇ ਝਾੜ ਦੇਵੇ ਨਾ, ਜਿਹਦੇ ਘਰ ਚ ਸਿਰੀ ਦੀ ਰੋਟੀ ਅੱਡ ਪੱਕਦੀ, ਜੱਟ ਦੀ ਫਸਲ ਕਦੇ ਝਾੜ ਦੇਵੇ ਨਾ, ਜਿਹਦੇ ਘਰ ਚ ਸਿਰੀ ਦੀ ਰੋਟੀ ਅੱਡ ਪੱਕਦੀ।
ਕਿ ਨਹੀਂ ਅਫੀਮ ਵੰਡਦੀ ਤੇ 60 ਸਾਲ ਬਾਅਦ ਨਹੀਂ ਉਹ ਦਾੜੀ ਰੰਗੀ ਦੀ ਗੁਰੂ ਘਰ ਬਹਿ ਕੇ ਨਹੀਂ ਅਫੀਮ ਵੰਡਦੀ ਤੇ 60 ਸਾਲਾਂ ਬਾਅਦ ਨਹੀਂ ਉਹ ਦਾੜੀ ਰੰਗੀ ਦੀ ਪਰ ਕਈ ਵਾਰ ਰੰਗਣੀ ਵੀ ਪੈ ਜਾਂਦੀ ਆ ਜਿਹਦਾ ਕੰਮ ਹੀ ਮੇਰੇ ਵਰਗਾ ਹੋਵੇ ਉਹ ਚਿੱਟੀ ਦਾੜੀ ਚ ਵੀ ਕਿੱਥੇ ਜਾਊਗਾ ਵਿਚਾਰਾ ਮਜਬੂਰੀ ਹੁੰਦੀ ਹੈ ਪਰ ਚੱਲ ਲਿਖਣਾ ਪੈਂਦਾ ਕਈ ਵਾਰੀ ਗੁਰੂ ਘਰ ਬਹਿ ਕੇ ਨਹੀਂ ਅਫੀਮ ਵੰਡਦੀ ਤੇ 60 ਸਾਲ ਬਾਅਦ ਨਹੀਂ ਉਹ ਦਾੜੀ ਰੰਗੀ ਦੀ ਗੁਰੂ ਘਰ ਬਹਿ ਕੇ ਨਹੀਂ ਅਫੀਮ ਵੰਡਦੀ ਤੇ 60 ਸਾਲਾਂ ਬਾਅਦ ਨਹੀਂ ਉਹ ਦਾੜੀ ਰੰਗੀ ਦੀ ਔਖਾ ਹੀ ਸਟੈਂਡ ਉਹ ਹੁੰਦਾ ਏ ਬੰਦਾ ਔਖਾ ਹੀ ਸਟੈਂਡ ਫਿਰ ਹੁੰਦਾ ਉਹ ਬੰਦਾ ਜਿਹੜਾ ਛਾਹਾਂ ਦੇਵੇ ਅੱਜ ਵਿੱਚ ਕੇਰਾ ਦੱਸ ਜੇ ਇੱਜ਼ਤਾਂ ਦੇ ਮਹਿਲ ਚੱਟ ਘਿਰ ਜਾਂਦੇ ਆ ਜੇ ਪਿੰਡ ਦੀ ਕੁੜੀ ਹੀ ਪਿੰਡ ਵਿੱਚ ਵੱਸ ਜੇ ਇੱਜ਼ਤਾਂ ਦੇ ਮਹਿਲ ਚੱਟ ਘਿਰ ਜਾਂਦੇ ਆ ਜੇ ਪਿੰਡ ਦੀ ਕੁੜੀ ਹੀ ਪਿੰਡ ਵਿੱਚ ਵੱਸ ਜੇ ਇੱਜ਼ਤਾਂ ਦੇ ਮਹਿਲ ਚੱਟ ਘਿਰ ਜਾਂਦੇ ਆ ਜੇ ਪਿੰਡ ਦੀ ਕੁੜੀ ਹੀ ਪਿੰਡ ਵਿੱਚ ਵੱਸ ਜੇ ਲੋਕੀ ਕਹਿੰਦੇ ਬਾਹਰ ਜਾ ਕੇ ਕਰ ਦਾ ਬਲੈਕ ਲੋਕੀ ਕਹਿੰਦੇ ਬਾਹਰ ਜਾ ਕੇ ਕਰ ਦਾ ਬਲੈਕ ਜਿਹਨੇ ਲਾ ਕੇ ਸ਼ਿਵਟਾਂ ਦੇ ਪਿੰਡ ਵੱਡੀ ਸਾਰੀ ਕੋਠੀ ਛੱਤ ਦੀ ਰਹੀਏ ਹੁਸ਼ਿਆਰ ਸਦਾ ਉਸ ਕੁੜੀ ਤੋਂ ਜਿਹੜੀ ਪਿੰਡ ਵਿੱਚ ਟੂਣੇ ਕਰਵਾ ਕੇ ਨੱਪਦੀ ਰਹੀਏ ਹੁਸ਼ਿਆਰ ਸਦਾ ਉਸ ਕੁੜੀ ਤੋਂ ਜਿਹੜੀ ਪਿੰਡ ਵਿੱਚ ਟੂਣੇ ਕਰਵਾ ਕੇ ਨੱਪਦੀ ਰਹੀਏ ਹੁਸ਼ਿਆਰ ਸਦਾ ਉਸ ਕੁੜੀ ਤੋਂ ਜਿਹੜੀ ਪਿੰਡ ਵਿੱਚ ਟੂਣੇ ਕਰਵਾ ਕੇ ਨੱਪਦੀ ਉਹ ਮਾਂ ਸਦਾ ਐਪ ਹੀ ਲੁਕਾਉਂਦੀ ਪੁੱਤ ਦੇ ਤੇ ਉਮਰਾਂ ਦੇ ਦੁੱਖ ਹੁੰਦੇ ਬਾਂਝ ਕੁੱਖ ਦੇ ਕਹਿੰਦੇ ਵੀ ਪੁੱਤ ਜਿੰਨਾ ਮਰਜ਼ੀ ਕੋਈ ਖਾਂਦਾ ਪੀਂਦਾ ਹੋਵੇ ਪਰ ਜਿਹੜੀ ਮਾਂ ਨਾ ਮਾਂ ਕਹੂਗੀ ਮੇਰੇ ਪੁੱਤ ਨੂੰ ਤਾਂ ਚਾਹ ਦਾ ਵੀ ਵੈਰ ਨਹੀਂ ਉਹਨੇ ਤਾਂ ਕਦੇ ਦੋ ਵਾਰੀ ਚਾਹ ਵੀ ਨਹੀਂ ਪੀਤੀ ਦਿਨ ਦੇ ਵਿੱਚ ਵੀ ਲਗਾਤਾਰ ਪੀ ਲਈ ਹੋਵੇ ਵੀ ਮੈਂ ਚਾਹ ਤੋਂ ਬਿਨਾਂ ਬਚਦਾ ਹੀ ਨਹੀਂ ਹਨਾ ਬੇਬੇ ਪੁੱਤ ਜਿੰਨਾ ਮਰਜ਼ੀ ਕੁਛ ਬਾਹਰ ਕਰਦਾ ਫਿਰੇ ਪਰ ਜੇ ਕੋਈ ਦੂਜਾ ਬੰਦਾ ਕਹਿ ਦੇ ਨਾ ਤੇਰਾ ਪੁੱਤ ਉੱਥੇ ਬੈਠਾ ਐ ਕਰੀ ਜਾਂਦਾ ਸੀ ਖਾਈ ਪੀ ਜਾਂਦਾ ਸੀ ਤੇ ਮਾਂ ਦਾ ਕਾਲਜਾ ਮੱਚ ਜਾਂਦਾ ਕਹਿੰਦੀ ਨਾ 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 ਮੇਰਾ ਪੁੱਤ ਨਹੀਂ ਕੁਛ ਖਾ ਪੀ ਸਕਦਾ ਉਹਨੂੰ ਤਾਂ ਰੋਟੀ ਦਾ ਵੈਲ ਵੀ ਨਹੀਂ ਉਹਨੂੰ ਜੇ ਉਹਨੂੰ ਕਹਿ ਦੇ ਇੱਕ ਦਿਨ ਭੁੱਖ ਰਹਿ ਲਓ ਤਾਂ ਉਹ ਵੀ ਰਹਿ ਪੂਗਾ ਮਾਂ ਚੀਜ਼ ਹੀ ਐਸੀ ਹੈ ਉਹ ਮਾਂ ਸਦਾ ਐਬ ਹੀ ਲੁਕਾਉਂਦੀ ਪੁੱਤ ਦੇ ਤੇ ਉਮਰਾਂ ਦੇ ਦੁੱਖ ਹੁੰਦੇ ਬਾਂਝ ਭੁੱਖ ਦੇ Thank you.
ਵੀ ਲੁਕਾਉਂਦੀ ਪੁੱਤ ਦੇ ਤੇ ਉਮਰਾਂ ਦੇ ਦੁੱਖ ਹੁੰਦੇ ਮਾਂਝ ਕੁੱਖ ਦੇ ਰਾਜਵੀਰ ਮੈਨੂੰ ਸੱਚ ਲਿਖਦਾ ਰਹੂਗਾ ਰੱਬ ਦੇਣੀ ਤਰੱਕੀ ਜਿੰਨ ਤੋਂ ਸਮਝੀ ਕਹਿੰਦੇ ਵਿਆਹ ਕਰਵਾ ਕੇ ਪੁੱਤ ਨਸ਼ੇ ਛੱਡ ਜੂ ਨਸ਼ਾ ਮੁਕਤੀ ਸੈਂਟਰ ਕਹੀਆਂ ਨੋ ਸਮਝੀ। ਕਈ ਵਾਰ ਆਪਾਂ ਪੁੱਤ ਨੂੰ ਵਿਆਹ ਦਿੰਦੇ ਆ ਹਨਾ, ਸਾਰੇ ਘਰ ਦੇ ਰਹਿ ਕਰ ਲੈਂਦੇ ਹੁੰਦੇ ਆ ਵੀ ਕੋਈ